ਬ੍ਰਾਜ਼ੀਲ ਦੇ ਵਿੱਚ ਹੁਣੇ-ਹੁਣੇ ਇਲੈਕਸ਼ਨ ਹੋ ਕੇ ਹਟੀਆਂ ਨੇ ਤੇ ਉੱਥੇ ਲੈਫਟ ਵਿੰਗ ਦੇ ਲੂਲਾ ਦਾ ਸਿਲਵਾ ਜਿਹੜੇ ਹੈਗੇ ਆ ਉਹ ਉਹਨਾਂ ਦੀ ਜਿੱਤ ਹੋਈ ਆ ਤੇ ਜਿਹੜੇ ਉੱਥੋਂ ਦੇ ਜਾਇਰ ਬੋਲਸੋਨਾਰੋ ਸੰਜੇ ਪੱਖੀ ਜਿਹੜਾ ਰਾਸ਼ਟਰਪਤੀ ਸੀਗਾ ਤੇ ਉਹਦੀ ਹਾਰ ਹੋਈ ਆ ਉਹਨਾਂ ਇਲੈਕਸ਼ਨਾਂ ਦੇ ਵਿੱਚ ਬ੍ਰਾਜ਼ੀਲ ਦੀਆਂ ਜਿਹੜੀਆਂ ਚੋਣਾਂ ਨੇ ਉਹ ਕਈ ਪੱਖਾਂ ਤੋਂ ਬਹੁਤ ਹੀ ਜ਼ਿਆਦੇ ਆਇਮ ਨੇ ਜਿਨ੍ਹਾਂ ਦੇ ਬਾਰੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਬ੍ਰਾਜ਼ੀਲ ਜੇ ਭੂਗੋਲਕ ਤੌਰ ਦੇ ਉੱਤੇ ਆਪਾਂ ਦੇਖਣਾ ਹੋਵੇ ਉਹ ਤੇ ਬਹੁਤ ਸਾਰੇ ਆਸਪੈਕਟ ਨੇ ਜਿਨ੍ਹਾਂ ਕਰਕੇ ਉਹ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਬ੍ਰਾਜ਼ੀਲ ਵਿਸ਼ਵ ਦੀ ਪੰਜਵੀਂ ਵੱਡੀ ਪੰਡੀ ਹੈਗੀ ਤੇ ਲਾਤੀਨੀ ਅਮਰੀਕੀ ਮਹਾਦੀਪ ਦੀ ਸਭ ਤੋਂ ਵੱਡੀ ਆਰਥਿਕਤਾ ਹੈ ਤੇ ਫੁੱਟਬਾਲ ਕਰਕੇ ਜਾਣਿਆ ਜਾਂਦਾ ਉਥੋਂ ਦੇ ਜਿਹੜਾ ਸੱਭਿਆਚਾਰ ਹੈਗਾ ਉਹਦਾ ਕਰਕੇ ਵੀ ਬ੍ਰਾਜ਼ੀਲ ਦੁਨੀਆ ਪਰਦੇ ਵਿੱਚ ਜਾਣਿਆ ਜਾਂਦਾ ਅਮਾਜੋਨ ਦੇ ਜੰਗਲਾਂ ਕਰਕੇ ਉਹਦੀ ਖਾਸ ਵਿਸ਼ੇਸ਼ਤਾ ਕਿਉਂਕਿ ਅਮਾਜੋਨ ਦੇ ਜੰਗਲਾਂ ਨੂੰ ਧਰਤੀ ਦੇ ਸਾਡੇ ਗ੍ਰਹਿ ਦੇ ਫੇਫੜੇ ਕਿਹਾ ਜਾਂਦਾ ਉਹ ਉਹ ਜੰਗਲ ਜਿਹੜੇ ਪੂਰੇ ਇਸ ਗ੍ਰਹਿ ਦੇ ਲਈ 20% ਜਿਹੜੀ ਹੈਗੀ ਆਕਸੀਜਨ ਪੈਦਾ ਕਰਦੇ ਹੈਗੇ ਆ ਤੇ ਬਹੁਤ ਸਾਰੇ ਜਿਹੜੇ ਜੰਗਲੀ ਜਨਜਾਤੀਆਂ ਹੈਗੀਆਂ ਨੇ ਜਾਂ ਬਨਸਪਤੀ ਜਾਂ ਬਹੁਤ ਸਾਰੇ ਜਿਹੜੇ ਹੈਗੇ ਉੱਥੇ ਕੋਲਾ ਹੀਰਾ ਬਾਕਸਾਈਟ ਜਾਂ ਬਹੁਤ ਸਾਰੇ ਜਿਹੜੇ ਇਹ ਜਿਹੇ ਖਣਿਜ ਪਦਾਰਥ ਨੇ ਜਾਂ ਪੈਟਰੋਲੀਅਮ ਹੈਗਾ ਤਾਂ ਉਹਨਾਂ ਬ੍ਰਾਜ਼ੀਲ ਦੇ ਅ ਅਮਾਜ਼ਨ ਦੇ ਜੰਗਲਾਂ ਦੇ ਵਿੱਚ ਪਾਇਆ ਜਾਂਦਾ ਇਸ ਕਰਕੇ ਉਹਦੀ ਕਾਫੀ ਮਹੱਤਤਾ ਹੈਗੀ ਆ ਪੂਰੇ ਲਾਤੀਨੀ ਅਮਰੀਕੀ ਮਹਾਦੀਪ ਦੇ ਅੰਦਰ ਅੰਦ ਤੇ ਨਾਲ ਦੀ ਨਾਲ ਪੂਰੇ ਵਿਸ਼ਵ ਦੇ ਅੰਦਰ ਤਾਂ ਉਹਨੀਆਂ ਚੋਣਾਂ ਦੇ ਵਿੱਚ ਕੋਈ ਵੀ ਚੇਂਜ ਹੁੰਦੀ ਹੈਗੀ ਆ ਤਾਂ ਉਹ ਉਹ ਲਾਤੀਨੀ ਅਮਰੀਕਾ ਦੇ ਬਾਕੀ ਮੁਲਕਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਤੇ ਵਿਸ਼ਵ ਮੰਡੀ ਨੂੰ ਵੀ ਪ੍ਰਭਾਵਿਤ ਕਰਦੀ ਹੈ ਤੇ ਇਹਨਾਂ ਚੋਣਾਂ ਦੇ ਵਿੱਚ ਖਾਸ ਗੱਲ ਇਹ ਹੈਗੀ ਆ ਵੀ ਜਦੋਂ 2018 ਦੇ ਵਿੱਚ ਜਿਹੜੀਆਂ ਦੋ ਲਾਤੀਨੀ ਅਮਰੀਕਾ ਦੀਆਂ ਵੱਡੀਆਂ ਆਰਥਿਕ ਤਾਕਤਾਂ ਸੀ ਬ੍ਰਾਜ਼ੀਲ ਤੇ ਅਰਜਨਟੀਨਾ ਇਹਦੇ ਵਿੱਚ ਅਮਰੀਕੀ ਸਾਮਰਾਜ ਦਾ ਬਹੁਤ ਜ਼ਿਆਦਾ ਇੰਟਰਸਟ ਹੈਗਾ ਸੀ ਤੇ ਉਹਨਾਂ ਨੇ ਪੂਰੀ ਜਿਹੜੀ ਚੋਣ ਕੈਂਪੇਨ ਹੈਗੀ ਆ ਅਰਜਨਟੀਨਾ ਦੇ ਅੰਦਰ ਮੋਰਸਿਓ ਮਾਕਰੀ ਨੂੰ ਜਦੋਂ ਰਾਸ਼ਟਰਪਤੀ ਲੈ ਕੇ ਜਾਂਦਾ ਤਾਂ ਉਹਦੇ ਵਿੱਚ ਅ ਆਈਐਮਐਫ ਦਾ ਬਹੁਤ ਵੱਡਾ ਰੋਲ ਰਿਹਾ ਤੇ ਇਸੇ ਤਰ੍ਹਾਂ ਦਾ ਰੋਲ ਜਿਹੜਾ ਹੈਗਾ ਬ੍ਰਾਜ਼ੀਲ ਦੀਆਂ ਚੋਣਾਂ ਜਦੋਂ 2018 ਦੇ ਵਿੱਚ ਜਾਇਰ ਬੋਲਸੋਨਾਰੋ ਬਣਿਆ ਤਾਂ ਉਦੋਂ ਵੀ ਰਿਹਾ ਤਾਂ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਜਾਇਰ ਬੋਲਸੋਨਾਰੋ ਦੀ ਚੋਣ ਕੈਂਪੇਨ ਦਾ ਜਿਹੜਾ ਮਾਸਟਰਮਾਈਂਡ ਸੀ ਉਹ 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 ਬੰਦਾ ਸੀ ਜਿਹੜਾ ਅਮਰੀਕਾ ਦੇ ਅਮਰੀਕੀ ਸਾਮਰਾਜ ਸਾਮਰਾਜੀਆਂ ਵੱਲੋਂ ਭੇਜਿਆ ਹੋਇਆ ਸੀ ਜਿਹਨੂੰ ਸ਼ਿਕਾਗੋ ਬॉयਜ਼ ਜਦੋਂ 1973 ਦੇ ਵਿੱਚ ਚਿੱਲੀ ਦੇ ਵਿੱਚ ਰਾਜ ਪਲਟਾ ਹੋਇਆ ਸੀ ਤਾਂ ਉਹ ਜਿਹੜਾ ਗੈਂਗ ਚਿੱਲੀ ਦੇ ਵਿੱਚ ਰਾਜ ਪਲਟਾ ਕਰਾਉਣ ਦੇ ਲਈ ਅ ਅੱਗੇ ਸੀ ਤਾਂ ਉਸ ਗੈਂਗ ਦਾ ਜਿਹੜਾ ਪਾਉਲੋ ਗੁਆਇਦੇ ਹੈਗਾ ਜਿਹੜਾ ਉਸ ਵਕਤ ਸ਼ਿਕਾਗੋ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਵੀ ਰਿਹਾ ਸੀਗਾ ਜਿਹੜਾ ਮਿਲਟਨ ਫ੍ਰਾਈਡਮੈਨ ਦਾ ਚੇਲਾ ਹੈਗਾ ਉਹ ਗੁਆਇਦੇ ਬ੍ਰਾਜ਼ੀਲ ਦੇ ਵਿੱਚ ਬੋਲਸਨਾਰੋ ਦਾ ਵਿੱਤ ਮੰਤਰੀ ਬਣਾ ਕੇ ਭੇਜਿਆ ਗਿਆ ਉਹਦੀ ਚੋਣ ਕੰਪੇਨ ਦਾ ਮਾਸਟਰਮਾਈਂਡ ਰਿਹਾ ਤੇ ਉਹਨੇ ਉਹ ਮਾਡਲ ਲੈ ਕੇ ਆਂਦਾ ਜਿਹੜਾ ਚਿੱਲੀ ਦੇ ਵਿੱਚ ਪਹਿਲਾਂ 1973 ਦੇ ਵਿੱਚ ਲਿਆਂਦਾ ਗਿਆ ਜਾਂ ਅਰਜੰਟਿਨਾ ਦੇ ਵਿੱਚ ਲੈ ਕੇ ਜਾਂਦਾ ਜਿਹੜਾ ਜਿਹਨੂੰ ਸੰਸਾਰੀ ਕਰਨ ਉਹਦਾਰੀ ਕਰਨ ਦੇ ਨਿੱਜੀ ਕਰਨ ਦਾ ਮਾਡਲ ਆਈਐਮਐਫ ਦੀਆਂ ਨੀਤੀਆਂ ਦੇ ਤਹਿਤ ਬ੍ਰਾਜ਼ੀਲ ਦੇ ਵਿੱਚ ਲਿਆਂਦਾ ਤੇ ਜਿਹਦੇ ਸਿੱਟੇ ਬਹੁਤ ਹੀ ਤੇਜ਼ੀ ਦੇ ਨਾਲ ਚਾਰਾਂ ਪੰਜਾਂ ਸਾਲਾਂ ਦੇ ਅੰਦਰ ਆਪਾਂ ਦੇਖਣ ਨੂੰ ਮਿਲੇ ਹੈ ਜਾਇਰ ਬੋਲਸਨਾਰੋ ਜਿਹਨੂੰ ਦੁਨੀਆ ਦੀ ਸਿਆਸਤ ਦੇ ਵਿੱਚ ਤੇ ਖਾਸ ਕਰਕੇ ਬ੍ਰਾਜ਼ੀਲ ਦੇ ਅੰਦਰ ਡੋਨਲਡ ਟਰੰਪ ਤੇ ਹਟਲਰ ਕਹਿ ਕੇ ਜਾਣਿਆ ਜਾਂਦਾ ਜਿਹਦਾ ਪੜਦਾਦਾ ਹਟਲਰ ਦੀ ਫੌਜ ਦੇ ਵਿੱਚ ਸਿਪਾਹੀ ਸੀਗਾ ਤੇ ਜਿਹਦੀਆਂ ਨੀਤੀਆਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਫਾਸ਼ੀਵਾਦੀ ਜਿਹੜੀਆਂ ਨੀਤੀਆਂ ਦੇ ਉਹ ਉਹਦੇ ਕਦਮ ਚੁੱਕਣਾਂ ਦੇ ਉੱਤੇ ਚੱਲਦਾ ਰਿਹਾ ਬ੍ਰਾਜ਼ੀਲ ਦੇ ਅੰਦਰ ਬ੍ਰਾਜ਼ੀਲ ਦੇ ਵਿੱਚ 2018 ਦੇ ਵਿੱਚ ਰਾਸ਼ਟਰਪਤੀ ਬਦਲਣ ਤੋਂ ਬਾਅਦ ਜਿੱਡੀ ਵੱਡੀ ਪੰਦਰ ਤੇ ਜੰਗਲਾਂ ਦੀ ਕਟਾਈ ਸ਼ੁਰੂ ਹੋਈ ਜਿੱਡੀ ਵੱਡੀ ਪੰਦਰ ਦੇ ਉੱਤੇ ਉੱਥੇ ਮਾਈਨਿੰਗ ਸ਼ੁਰੂ ਹੋਈ ਤਾਂ ਉਹ ਇੱਕ ਆਪ ਦੇ ਆਪ ਦੇ ਵਿੱਚ ਇਤਿਹਾਸਕ ਚੀਜ਼ਾਂ ਰਹੀਆਂ ਨੇ ਪੂਰਾ 1000 12 ਵਰਗ ਕਿਲੋਮੀਟਰ ਦਾ ਜਿਹੜਾ ਕਿ ਖੇਤਰ ਹੈਗਾ ਜਿਹਦੇ ਵਿੱਚ ਬਿਲੀਅਨ ਦਰਖਤ ਜਿਹੜੇ ਹੈਗੇ ਆ ਉੱਥੇ ਉਹਨਾਂ ਦੀ ਕਟਾਈ ਕਰਕੇ ਜਿਹੜਾ ਨਿੱਜੀ ਹੱਥਾਂ ਦੇ ਵਿੱਚ ਜਾਂ ਕਾਰਪੋਰੇਸ਼ਨਾਂ ਨੂੰ ਉੱਥੇ ਖੁੱਲ੍ਹ ਦਿੱਤੀ ਉੱਥੇ ਮਾਈਨਿੰਗ ਕਰਨ ਦੀ ਖੁੱਲ੍ਹ ਦਿੱਤੀ ਤੇ ਬਹੁਤ ਸਾਰੇ ਆਦਿਵਾਸੀ ਜਿਹੜੇ ਹੈਗੇ ਆ ਉਹਨਾਂ ਉਹਨਾਂ ਦਾ ਅਜਾੜਾ ਕੀਤਾ ਤੇ ਉਹਨਾਂ ਨੂੰ ਬੰਦੂਕ ਦੇ ਜ਼ੋਰ ਦੇ ਉੱਤੇ ਦਬਾਇਆ ਤਾਂ ਜੰਗਲਾਂ ਦੀ ਕਟਾਈ ਮਾਈਨਿੰਗ ਤੇ ਇਹਦੇ ਨਾਲ ਨਾਲ ਜਿਹੜੇ ਸਿੱਖਿਆ ਸਿਹਤ ਦੇ ਖੇਤਰ ਦੇ ਵਿੱਚ ਬਹੁਤ ਵੱਡੇ ਘਟ ਤੇ ਨਵੇਂ-ਨਵੇਂ ਬੈਲ ਜਿਹੜੇ ਹੈਗੇ ਆ ਉਹ ਇਹਦੇ ਰਾਜ ਦੇ ਵਿੱਚ ਜਦੋਂ ਜਾਇਰ ਬੋਲਸੋਨਾਰੋ ਦੇ ਰਾਸ਼ਟਰਪਤੀ ਰਾਜ ਕਾਲ ਦੇ ਵਿੱਚ ਜਿਹੜੇ ਹੈਗੇ ਉਹ ਕੀਤੇ ਗਏ ਤਾਂ ਬਹੁਤ ਵੱਡੀ ਪੱਧਰ ਤੇ ਉੱਤੇ ਮਹਿੰਗਾਈ ਵਧੀ ਤੇ ਇਹਦੇ ਨਾਲ ਨਾਲ ਜਿਹੜੀ ਜੀਡੀਪੀ ਹੈਗੀ ਆ ਉਹਦੀ ਗਰੋਥ ਰੇਟ ਬ੍ਰਾਜ਼ੀਲ ਦੇ ਵਿੱਚ ਬਹੁਤ ਥੱਲੇ ਰੁ ਗਈ ਤਾਂ ਅਸੀਂ ਦੇਖਿਆ ਹੈਗਾ ਕਿ ਇਹ ਬਜਾਇਰ ਬੋਲਸੋਨਾਰੋ ਨੇ ਆਪਦੀਆਂ ਜਿਹੜੀਆਂ ਕਟੜ ਫਾਸ਼ੀਵਾਦੀ ਜਿਹੜੀਆਂ ਨੀਤੀਆਂ ਹੈਗੀਆਂ ਅਸੀਂ ਜਿਹੜੀਆਂ ਸਮਰਾਜੀ ਇਸ਼ਾਰਿਆਂ ਦੇ ਉੱਤੇ ਚੱਲਦੇ ਗਾ ਸੀ ਇਹਦੇ ਤਹਿਤ ਬ੍ਰਾਜ਼ੀਲ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਕੀਤਾ ਤੇ ਜੀ ਦਾ ਜੀ ਦਾ ਕਿਤੇ ਨਾ ਕਿਤੇ ਜਿਹੜਾ ਖਾਮਿਆਜ਼ਾ ਹੈਗਾ ਉਹ ਪੂਰੀ ਦੁਨੀਆ ਨੂੰ ਭੁਗਤਣਾ ਪਿਆ ਚਾਹੇ ਉਹ ਕਲਾਈਮੇਟ ਚੇਂਜ ਦੇ ਰੂਪ ਦੇ ਵਿੱਚ ਹੋਵੇ ਤੇ ਚਾਹੇ ਉਹ ਹੋਰ ਸੈਕਟਰਾਂ ਦੇ ਵਿੱਚ ਜਿਹੜੇ ਉਹਦੇ ਪ੍ਰਭਾਵ ਪੈਣੇ ਚਾਹੇ ਇੰਪੋਰਟ ਐਕਸਪੋਰਟ ਨੂੰ ਲੈ ਕੇ ਲੈਟਿਨ ਅਮਰੀਕਾ ਦੀਆਂ ਜਿਹੜੀਆਂ ਦੂਜੀਆਂ ਇਕਨੋਮੀਆਂ ਸੀ ਜਿੱਥੇ ਲੈਫਟ ਵਿੰਗ ਦੀਆਂ ਸਰਕਾਰਾਂ ਹੈਗੀਆਂ ਤਾਂ ਉਹਨਾਂ ਥਾਵਾਂ ਦੇ ਉੱਤੇ ਵੀ ਇਹਦੇ ਅਸਰ ਜਿਹੜੇ ਹੈਗੇ ਆ ਜਾਇਰ ਬੋਲਸਨਾਰੋ ਦੇ ਰਾਜ ਦੇ ਵਿੱਚ ਦੇਖਣ ਨੂੰ ਮਿਲੇ ਹੈਗੇ ਤਾਂ ਸ਼ਾਮਰਾਜੀ ਦੀ ਦਿਸ਼ਾ ਨਿਰਦੇਸ਼ ਇਹਨਾਂ ਸਖਤ ਸੁਧਾਰਾਂ ਦੇ ਨਾਲ ਜਿਹੜੀਆਂ ਚੀਜ਼ਾਂ ਬਹੁਤ ਤੇਜ਼ੀ ਨਾਲ ਤਬਦੀਲ ਹੋਈਆਂ ਉਹ ਇਹ ਹੈ ਕਿ ਮਹਿੰਗਾਈ ਵਧੀ ਉਥੋਂ ਦੀ ਆਰਥਿਕਤਾ ਦੇ ਵਿੱਚ ਜਿਹੜੀ ਉਹਦੀ ਜੀਡੀਪੀ ਹੈਗੀ ਆ ਉਹ ਥੱਲੇ ਡਿੱਗੀ ਤਾਂ ਸੰਕਟ ਦੇ ਵਿੱਚ ਇੱਕ ਆਰਥਿਕ ਸੰਕਟ ਦੇ ਵਿੱਚ ਜਿਹੜਾ ਹੈਗਾ ਉਹ ਘੇਰਿਆ ਬ੍ਰਾਜ਼ੀਲ ਤੇ ਉਹਦੇ ਨਾਲ ਕਰਪਸ਼ਨ ਤੁਹਾ ਬਹੁਤ ਸਾਰੇ ਬਹੁਤ ਸਾਰੇ ਕੇਸ ਸਾਹਮਣੇ ਆਏ ਡਰਗ ਮਾਫੀਆ ਹੋਰ ਵੱਧ ਐਕਟਿਵ ਹੋਇਆ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਚਾਹੇ ਉਹ ਨੌਕਰੀਆਂ ਦੇ ਵਿੱਚ ਮਤਲਬ ਛਾਂਟੀਆਂ ਕੱਟ ਲਾਉਣੇ ਜਾਂ ਸਰਕਾਰੀ ਸਹੂਲਤਾਂ ਦੇ ਉੱਤੇ ਕੱਟ ਲਾਉਣੇ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬ੍ਰਾਜ਼ੀਲ ਦੇ ਵਿੱਚ ਤੇ ਰਾਜਕਾਲ ਦੇ ਵਿੱਚ ਵਾਪਰ ਤਾਂ ਦੂਜੇ ਪਾਸੇ ਬ੍ਰਾਜ਼ੀਲ ਦੇ ਵਿੱਚ ਜਿਹੜਾ ਲੈਫਟ ਵਿੰਗ ਆ ਉਹਦਾ ਪ੍ਰਭਾਵ ਵੀ ਇੱਕ ਲੰਬੇ ਸਮੇਂ ਤੋਂ ਉੱਤੋਂ ਰਿਹਾ ਹੈਗਾ ਤਾਂ ਲੂਲਾ ਦਾ ਸਿਲਵਾ ਜਿਹੜਾ ਹੈਗੇ ਆ ਉੱਥੋਂ ਦੇ ਇੱਕ ਪੁਰਾਣੇ 70ਵੇਂ 80ਵੇਂ ਦੇ ਦੌਰ ਦੇ ਇੱਕ ਪੁਰਾਣੇ ਲੀਡਰ ਨੇ ਜਿਹੜੇ ਟ੍ਰੇਡ ਯੂ ਉਹ ਜਿਨ੍ਹਾਂ ਨੇ ਵਰਕਰਜ਼ ਪਾਰਟੀ ਬਣਾਈ ਤੇ ਫੈਕਟਰੀਆਂ ਦੇ ਅੰਦਰ ਕੰਮ ਕੀਤਾ 70 80 ਦੇ ਦਹਾਕੇ ਦੇ ਵਿੱਚ ਤਾਂ ਉਹਨਾਂ ਨੇ ਉਹ ਲਗਾਤਾਰ ਇੱਕ ਪੈਰਲਰ ਜਿਹੜੀ ਇੱਕ ਸਿਆਸਤ ਹੈਗੀ ਆ ਉਹ ਲੈ ਕੇ ਆਉਂਦੇ ਰਹੇ ਆ ਜਿਦੇ ਵਿੱਚ ਉਹ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਇੱਕ ਤਾਂ ਸੋਸ਼ਲ ਵੈਲਫੇਅਰ ਦੀ ਕਰਦੇ ਆਉਂਦੇ ਆ ਦੂਸਰਾ ਉਹ ਆਦਵਸੀਆਂ ਦੇ ਹੱਕਾਂ ਦੀ ਰਾਖੀ ਨੂੰ ਬਹੁਤ ਵੱਡੀ ਪੱਧਰ ਤੇ ਉਭਾਰਦੇ ਰਹੇ ਆ ਤੀਜਾ ਉਹ ਜਿਹੜੇ ਬਰਾਜ਼ੀਲ ਦੇ ਵਿੱਚ ਜਿਹੜੇ ਅਮਜੋਂਦੇ ਜੰਗਲ ਹੈਗੇ ਆ ਇਹਨਾਂ ਦੀ ਕਟਾਈ ਤੇ ਉੱਥੇ ਜਿਹੜੀ ਹੋ ਰਹੀ ਮਾਈਨਿੰਗ ਆ ਉਹਨੂੰ ਬੰਦ ਕਰਨ ਦੇ ਮੁੱਦੇ ਨੂੰ ਲੈ ਕੇ ਵੀ ਉਹ ਲਗਾਤਾਰ ਸਿਆਸਤ ਦੇ ਵਿੱਚ ਸਰਗਰਮ ਰਹੇ ਆ ਇਕ ਉਹਨਾਂ ਦੇ ਵੀ ਰਿਹਾ ਕਿ ਜਦੋਂ ਉਹ ਉਹ ਸੱਤਾ ਦੇ ਵਿੱਚ ਆਉਣਗੇ ਤਾਂ ਉਹ ਅਮੀਰਾਂ ਦੇ ਉੱਤੇ ਜਿਹੜੇ ਹੈਗੇ ਟੈਕਸ ਵਧਾਉਣਗੇ ਤੇ ਜਿਹੜੇ ਆਮ ਲੋਕ ਹੈਗੇ ਗਰੀਬ ਲੋਕ ਆ ਉਹਨਾਂ ਲਈ ਬਹੁਤ ਸਾਰੇ ਸੋਸ਼ਲ ਵੈਲਫੇਅਰ ਦੇ ਜਿਹੜੇ ਸਰਵਿਸਿਜ਼ ਲੈ ਕੇ ਆਉਣਗੇ ਤਾਂ ਇਹਨਾਂ ਮੁੱਦਿਆਂ ਨੂੰ ਲੈ ਕੇ ਉਹ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਸਰਗਰਮ ਰਹੇ ਆ ਇਹ ਤੋਂ ਪਹਿਲਾਂ ਵੀ ਜੇ ਆਪਾਂ ਦੇਖੀਏ 2003 ਤੋਂ ਲੈ ਕੇ 10 ਤੱਕ ਦਾ ਜਿਹੜਾ ਉਹਨਾਂ ਦਾ ਜਦੋਂ ਉਹ ਰਾਸ਼ਟਰਪਤੀ ਰਹੇ ਆ ਬ੍ਰਾਜ਼ੀਲ ਦੇ ਤਾਂ ਬਹੁਤ ਸਾਰੀਆਂ ਚੀਜ਼ਾਂ ਇਹ ਜਿਹੀਆਂ ਵਾਪਰੀਆਂ ਜਿਹੜੀਆਂ ਕਿ ਦੂਜੀਆਂ ਜਿਹੜੀਆਂ ਸੱਜੇ ਪੱਖੀ ਜਾਂ ਸਮਰਾਜੀ ਨੀਤੀਆਂ ਦੇ ਪੱਖੀ ਜਿਹੜੀਆਂ ਉੱਥੋਂ ਦੀਆਂ ਸਰਮਾਇਦਾਰ ਜਮਾਤਾਂ ਉੱਥੇ ਰਾਜ ਕਰਦੀਆਂ ਰਹੀਆਂ ਉਹਨਾਂ ਦੇ ਰਾਜ ਦੇ ਵਿੱਚ ਉਹ ਨਹੀਂ ਵਾਪਰੀਆਂ ਤਾਂ ਉਲਟਾ ਜਿਹੜਾ ਇਹ ਹੈਗਾ ਵੀ ਉਹਦੀ ਪਪੂਲਾਰਿਟੀ ਲੂਲਾ ਦਾ ਸੇਲਵਾ ਦੀ ਜਿਹੜੀ ਹੈਗੀ ਆ ਉੱਥੇ ਉਹਨਾਂ ਗਰੀਬ ਲੋਕਾਂ ਦੇ ਵਿੱਚ ਤੇ ਖਾਸ ਕਰਕੇ ਆਦਵਸੀਆਂ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਤੇ ਜਿਸ ਦਾ ਕਰਕੇ ਬਰਾਕ ਵਾਮਾ ਨੂੰ ਇਹ ਵੀ ਕਿਹਾ ਹੈਗਾ ਵੀ ਇਸ ਇਸ ਧਰਤੀ ਦੇ ਉੱਤੇ ਜੇ ਸਭ ਤੋਂ ਜਿਹੜਾ ਜਿਹੜਾ ਮੋਸਟ ਪਪੂਲਰ ਪੋਲੀਟੀਸ਼ੀਅਨ ਹੈਗਾ ਤਾਂ ਉਹ ਲੂਲਾ ਦਾ ਸੇਲਵਾ ਹੈਗਾ ਤਾਂ ਉਹਦਾ ਇੱਕ ਪ੍ਰਭਾਵ ਲਗਾਤਾਰ ਵਰਕਰਸ ਦੇ ਵਿੱਚ ਜਿਹੜਾ ਹੈਗਾ ਉਹ ਦੇਖਣ ਨੂੰ ਪਿਛਲੇ ਸਮੇਂ ਦੇ ਵਿੱਚ ਮਿਲਿਆ ਤੇ ਇਹੀ ਮੁੱਦਿਆਂ ਨੂੰ ਲੈ ਕੇ ਖਾਸ ਕਰਕੇ ਕਲਾਈਮੇਟ ਚੇਂਜ ਜਦੋਂ ਵੱਡੀ ਪੱਧਰ ਤੇ ਆਲਮੀ ਤਾਪਸ ਵੱਧ ਰਹੀ ਹੈਗੀ ਆ ਦੁਨੀਆ ਦੇ ਵਿੱਚ ਤੇ ਜੰਗਲਾਂ ਦੀ ਕਟਾਈ ਦਾ ਮੁੱਦਾ ਉੱਥੇ ਕਾਫੀ ਸੀਰੀਅਸ ਹੋ ਗਿਆ ਸੀ ਜਿਦੇ ਕਰਕੇ ਬਹੁਤ ਸਾਰੀਆਂ ਜਾਨਾਂ ਵੀ ਜਾਨਾਂ ਤੋਂ ਹੱਥ ਧੋਣੇ ਪਏ ਇਸੇ ਤਰ੍ਹਾਂ ਕੋਵਿਡ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਉਹਦੇ ਵਿੱਚ ਉਹਦੀ ਬ੍ਰਾਜ਼ੀਲ ਦੀ ਹਾਲਤ ਦੁਨੀਆ ਦੇ ਵਿੱਚ ਸਭ ਤੋਂ ਬੁਰੀ ਰਹੀ ਹੈ ਜਿਹਦੇ ਵਿੱਚ ਲੱਖਾਂ ਜਾਨਾਂ ਜਿਹੜੀਆਂ ਹੈਗੀਆਂ ਉਹ ਗਈਆਂ ਸਰਕਾਰੀ ਬੇਪਰਵਾਹੀ ਦੇ ਕਾਰਨ ਅਮਰੀਕੀ ਚ ਉਹਨਾਂ ਦੇ ਵਿੱਚ 트ੰਪ ਦੀ ਹਾਰ ਤੋਂ ਬਾਅਦ ਵੀ ਕਿਤੇ ਨਾ ਕਿਤੇ ਜਿਹੜੀ ਸਪੋਰਟ ਜਾਇਰ ਬੋਲਸੋਨਾਰ ਨੂੰ 트ੰਪ ਵੱਲੋਂ ਮਿਲਦੀ ਸੀ ਤੇ ਉਹਦੇ ਘਟਨ ਕਰਕੇ ਵੀ ਤੇ ਜਿਹੜਾ ਇੱਕ ਜੇ ਅਸੀਂ ਤੁਰ ਵੀਕਰ ਨੂੰ ਵੀ ਤਿੱਖਾ ਹੋ ਰਿਹਾ ਤਾਂ ਉਹਦੇ ਨਤੀਜੇ ਵਜੋਂ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਜਾਇਰ ਬੋਲਸੋਨਾਰੋ ਨੂੰ ਹਾਰ ਹਾਰਨ ਦਾ ਮੂੰਹ ਦੇਖਣਾ ਪਿਆ ਤਾਂ ਹੁਣ ਦੁਨੀਆ ਦੇ ਬਹੁਤ ਸਾਰੇ ਜਿਹੜੇ ਡੈਮੋਕ੍ਰੈਟਿਕ ਜਾਂ ਗਾਂਬਦੂ ਜਾਂ ਲੈਫਟ ਦੇ ਜਾਂ ਸੈਂਟਰ ਲੈਫਟ ਦੇ ਬੰਦੇ ਹੈਗੇ ਆ ਉਹਨਾਂ ਲਈ ਇਹ ਜਾਂ 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 ਉੱਥੋਂ ਦੇ ਜਿਹੜੇ ਆਦਵਾਸੀ ਹੈਗੇ ਜਾਂ ਗਰੀਬ ਲੋਕ ਹੈਗੇ ਉਹਨਾਂ ਲਈ ਲੂਲਾ ਦਾ ਸਿਲਵਾ ਦੀ ਜਿੱਤ ਨਾਲੋਂ ਵੱਧ ਕੇ ਜਿਹੜੀ ਜਾਇਰ ਬੋਲਸੋਨਾਰੋ ਦੀ ਹਾਰ ਆ ਉਹੋ ਜਾਦੇ ਉਹਨਾਂ ਨੂੰ ਪ੍ਰਭਾਵਿਤ ਕਰ ਲੱਗ ਰਿਹਾ ਹੈ ਕਿ ਇੱਕ ਜਿਹੜਾ ਕੱਟਰਫਾਸ਼ੀ ਚਿਹਰਾ ਸੀਗਾ ਉਹ ਬ੍ਰਾਜ਼ੀਲ ਦੇ ਸੱਤਾ ਤੋਂ ਬਾਹਰ ਹੋ ਗਿਆ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਲੱਗ ਰਿਹਾ ਹੈਗਾ ਕਿ ਹੁਣ ਉਹਨਾਂ ਦੀ ਬਿਹਤਰੀ ਦੇ ਦਿਨ ਸ਼ੁਰੂ ਹੋਏ ਹਨ ਦੁਨੀਆ ਭਰ ਦੇ ਖੱਬਿਆਂ ਦੇ ਵਿੱਚ ਤੇ ਖਾਸ ਕਰਕੇ ਜਿਹੜੇ ਲਾਤੀਨੀ ਅਮਰੀਕੀ ਮਹਾਦੀਪ ਦੇ ਦੇ ਖੱਬੇ ਪੱਖੀ ਲੋਕ ਹੈਗੇ ਆ ਉਹਨਾਂ ਦੇ ਵਿੱਚ ਇਸ ਗੱਲ ਦੀ ਵੀ ਖੁਸ਼ੀ ਦੀ ਲਹਿਰ ਹੈਗੀ ਆ ਵੀ ਲਾਤੀਨੀ ਅਮਰੀਕੀ ਮਹਾਦੀਪ ਦੇ ਵਿੱਚ ਜਿਹੜਾ ਲੈਫਟ ਵਿੰਗ ਦਾ ਪ੍ਰਭਾਵ ਉਹ ਲਗਾਤਾਰ ਵੱਧ ਰਿਹਾ ਹੈਗਾ ਚਾਹੇ ਉਹ ਚਿੱਲੀ ਦੀਆਂ ਜ਼ੋਨਾਂ ਦੇ ਵਿੱਚ ਹੋਵੇ ਕਲੰਬੀਆ ਦੇ ਵਿੱਚ ਹੋਵੇ ਮੈਕਸੀਕੋ ਦੇ ਵਿੱਚ ਹੋਵੇ ਵੈਨਜ਼ੂਏਲਾ 'ਚ ਹੋਵੇ ਅਰਜנטיਨਾ 'ਚ ਹੋਵੇ ਤਾਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਬਣੀਆਂ ਲੈਫਟ ਦੀਆਂ ਤੋ ਵੀ ਇੱਕ ਇਹਨਾਂ ਲੋਕਾਂ ਨੂੰ ਵੀ ਤੇ ਖਾਸ ਕਰਕੇ ਲੈਫਟ ਦੇ ਲੋਕਾਂ ਨੂੰ ਜਿਹੜਾ ਹੈਗਾ ਇੱਕ ਹਲਾਰਾ ਮਿਲਿਆ ਹੈਗਾ ਉਹ ਇੱਕ ਵੱਖਰਾ ਵਿਸ਼ਾ ਹੈਗਾ ਕਿ ਜਿਹੜਾ ਲਤੀਨੀ ਅਮਰੀਕਾ ਦਾ ਲੈਫਟ ਹੈਗਾ ਉਹ ਕਿੰਨਾ ਕੁ ਲੈਫਟ ਹੈਗਾ ਸੈਂਟਰ ਲੈਫਟ ਹੈਗਾ ਜਾਂ ਉਹ ਉਹ ਲੈਫਟ ਰਾਈਟ ਦੇ ਦੇ ਨਾਲ ਉਹਦਾ ਕੀ ਤਾਲਮੇਲ ਹੈਗਾ ਜਾਂ ਉਹਦਾ ਵਕਰੀਮਾ ਕੀ ਹੈ ਉਹ ਇੱਕ ਵੱਖਰਾ ਵਿਸ਼ਾ ਪਰ ਇਹਦੇ باوجود ਵੀ ਇੱਕ ਇਹ ਰੁਝਾਨ ਜਿਹੜਾ ਵੱਧ ਰਿਹਾ ਹੈਗਾ ਤੇ ਜਿਹਦੇ ਵਿੱਚ ਲੋਕਾਂ ਨੂੰ ਲੱਗ ਰਿਹਾ ਹੈਗਾ ਵੀ ਜੇ ਜੇ ਕੋਈ ਮਜ਼ਦੂਰ ਜਮਾਤ ਦੀ ਜਾਂ ਖਾਸ ਕਰਕੇ ਗਰੀਬ ਲੋਕਾਂ ਦੀ ਜਾਂ ਇਸ ਆਰਥਿਕ ਸੰਕਟ ਵੱਲ ਵੱਧ ਰਹੇ ਸੰਸਾਰ ਦੇ ਵਿੱਚ ਜੇ ਕਿਸੇ ਕੰਟੀਨੈਂਟ ਇਸ ਕੰਟੀਨੈਂਟ ਦੇ ਵਿੱਚ ਜਿਹਦੀ ਹਾਲਤ ਖਾਸ ਕਰਕੇ ਵੈਨਿਜੁਏਲਾ, ਅਰਜنٹੀਨਾ ਤੇ ਜਿਹੜੇ ਹੋਰ ਲਾਤੀਨੀ ਅਮਰੀਕਾ ਦੇ ਗਰੀਬ ਮੌਲਕ ਹੈਗੇ ਨੇ ਇਹਨਾਂ ਦੀ ਹਾਲਤ ਜਿੰਨੀ ਪਤਲੀ ਹੋ ਰਹੀ ਆ ਕੋਵਿਡ ਤੇ ਨਾਲ ਤੇ ਯੂਕਰੇਨ ਜੰਗ ਤੋਂ ਬਾਅਦ ਜੋ ਆਰਥਿਕਤਾ ਦਾ ਸੰਸਾਰ ਆਰਥਿਕਤਾ ਦੀ ਦਸ਼ਾ ਬਣੀ ਹੋਈ ਆ ਤੇ ਇਹਨਾਂ ਦੀ ਨਿਗਰ ਰਹੀ ਹਾਲਤ ਦੇ ਵਿੱਚ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਆਸ ਦੀ ਚਿੰਗ ਦਿਖ ਰਹੀ ਹੈ ਜੇ ਲਿਫਟ ਦਾਵਾ ਆ ਰਹੀ ਇਸ ਥਾਂ ਤੇ ਵੱਧ ਰਿਹਾ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਚਾਈਨਾ ਦੀ ਇਸ ਕੰਟੀਨੈਂਟ ਦੇ ਨਾਲ ਲਗਾਤਾਰ ਜਿਹੜਾ ਤਾਲਮੇਲ ਆ ਉਹ ਵੱਧ ਰਿਹਾ ਤੇ ਅਮਰੀਕੀ ਪ੍ਰਭਾਵ ਜਿਹੜਾ ਘਟ ਰਿਹਾ ਤਾਂ ਇੱਕ ਜਿਹੜੀ ਸਮਰਾਜੀ ਵਿਰੋਧੀ ਕਿਤੇ ਨਾ ਕਿਤੇ ਇੱਥੇ ਪਹਿਲਾਂ ਤੋਂ ਰਿਹਾ ਹੈਗਾ ਸਪੈਸ਼ਲੀ ਜਿਹੜਾ ਅਮਰੀਕਨ ਸਮਰਾਜ ਦੇ ਵਿਰੋਧੀ ਸੋਰ ਇਹਨਾਂ ਮੌਲਕਾ ਦੇ ਵਿੱਚ ਲਗਾਤਾਰ ਉੱਠਦੀ ਰਹੀ ਹੈ 70ਵਿਆਂ ਤੋਂ ਲੈ ਕੇ ਉਹ ਕਿਤੇ ਨਾ ਕਿਤੇ ਅੱਜ ਵੀ ਵਰਕਰ ਆ ਰਹਾ ਤੇ ਉਸ ਉਸ ਵਿਰੋਧ ਦੇ ਵਿੱਚੋਂ ਇੱਕ ਦਿਨ ਨਾ ਕਿਤੇ ਜਿਹੜਾ ਇਹਨਾਂ ਦਾ ਚਾਈਨਾ ਦੇ ਨਾਲ ਸੰਬੰਧ ਜਿਹੜੇ ਆ ਗਿਆ ਆਰਥਿਕ ਸਬੰਧ ਜਿਹੜੇ ਹੈਗੇ ਉਹ ਲਗਾਤਾਰ ਵੱਧ ਰਹੇ ਨੇ ਤੇ ਉਹਦੀ ਇਨਵੈਸਟਮੈਂਟ ਵੀ ਕਿਤੇ ਨਾ ਕਿਤੇ ਨਾ ਅਮਰੀਕੀ ਜਿਹੜੀ ਅਮਰੀਕੀ ਸਾਮਰਾਜ ਦੀਆਂ ਵਿਸਤਾਰਵਾਦੀ ਨੀਤੀਆਂ ਨੂੰ ਸੱਟ ਮਾਰ ਰਹੀ ਹੈ ਤੇ ਚਾਈਨਾ ਦੀ ਜਿਹੜੀ ਇਨਵੈਸਟਮੈਂਟ ਹੈ ਨਾ ਮੌਨਕਾਂ ਦੇ ਵਿੱਚ ਲਗਾਤਾਰ ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਆ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾਊਗਾ ਕਿ ਕਿੰਨੇ ਕੁ ਸੁਧਾਰ ਜਿਹੜੇ ਹੈਗੇ ਆ ਉਹ ਲੋਲਾ ਦਸਲਾ ਕਰ ਪਾਉਂਦੇ ਹੈਗੇ ਆ ਉਦੋਂ ਕਿ ਜਿਹੜਾ ਫਾਸ਼ੀਵਾਦੀ ਰੁਝਾਨ ਵੱਧ ਰਿਹਾ ਸੀ ਦੁਨੀਆ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਜਿੰਜੀ ਦੇ ਵਿੱਚ ਦੁਨੀਆ ਦੀ ਸਿਆਸਤ ਦੇ ਵਿੱਚ ਅਮਰੀਕਾ ਬ੍ਰਾਜ਼ੀਲ ਤੇ ਭਾਰਤ ਵਰਗੇ ਮੌਲਕ ਖਾਸ ਕਰਕੇ ਜਾਇਰ ਬੋਲਸਨੋਰ ਉਹ ਨਰਿੰਦਰ ਮੋਦੀ ਤੇ ਟਰੰਪ ਜਿਹੜੇ ਹੈਗੇ ਆ ਉਹ ਗਿਣੇ ਜਾਂਦੇ ਗਿਣੇ ਜਾਂਦੇ ਸੀਗੇ ਕਿ ਇਹ ਵੱਡੇ ਇੱਕ ਫਾਸ਼ਿਸਟ ਚਿਹਰੇ ਹੈਗੇ ਦੁਨੀਆ ਦੀ ਸਿਆਸਤ ਦੇ ਵਿੱਚ ਉੱਭਰ ਕੇ ਆ ਰਹੇ ਆ ਤਾਂ ਇਹਨਾਂ ਇਹ ਦੁਨੀਆ ਦੇ ਦੋ ਮੁਲਕ ਵੱਡੇ ਮੁਲਕਾਂ ਦੇ ਵਿੱਚ ਵੱਡੇ ਸਿਆਸੀ ਵੱਡੇ ਫਾਸ਼ੀਵਾਦੀ ਚਿਹਰਿਆਂ ਦੀ ਹਾਰ ਦੇ ਨਾਲ ਕਿਤਨਾ ਕਿਤੇ ਇੱਕ ਹਲਾਸ ਜਿਹੜਾ ਹੈਗਾ ਲੋਕਾਂ ਨੂੰ ਉਹ ਚੇਂਜ ਜਿਹੜੀ ਹੈਗੀ ਆ ਦੇਖਣ ਨੂੰ ਮਿਲ ਰਹੀ